ਸੋਹੇ ਗਾਇਸ, ਕੀ ਹਾਲ ਚਾਲ ਹੈ? ਸਭ ਦਾ ਫਲਿਸ ਸਾਰੇ ਵਧੀਆ ਹੋਵੋਗੇ। ਨੋਟਿਸ ਅੱਜ ਯਾਦ ਦਾ, ਯਾਦ ਆਪਣਾ ਬਾਈ ਦੇ ਪਹਿਲਾਂ ਵੀ ਗਾਣੇ ਕਾਫੀ ਵਧੀਆ ਤਰੀਕੇ ਨਾਲ ਗਰੋ ਹੋਏ ਨੇ, ਠੀਕ ਆ। ਆਰ ਜੀ ਕੈਸ਼ ਯੰਗ ਸਟਰੀਟ ਮਿਊਜ਼ਿਕ ਦੇ ਚੈਨਲ 'ਤੇ ਆਇਆ ਜੀ ਗਾਣਾ। ਵੀਡੀਓ ਬਾਏ ਬਿਗ ਸਟੋਨ ਸਟੂਡੀਓਜ਼, ਡਾਇਰੈਕਟਰ ਬਾਏ ਗੁਰਦੀਪ ਗਰੇਵਾਲ, ਐਡੀਟਰ ਇਸ਼ਾਨ ਜੋਹਰ, VFX ਬਿਗ ਸਟੋਨ ਸਟੂਡੀਓਜ਼। ਬਹੁਤ ਵੱਡੀ ਟੀਮ ਹੈਗਾ, ਤੁਸੀਂ ਚੈੱਕ ਕਰ ਸਕਦੇ ਜਾ ਕੇ ਸਾਰੀ ਜਾਣੀ। ਉਹਦਾ ਸਟਾਰ ਸਿੰਗਰ ਲਿਰਿਸਿਸਟ ਕੰਪੋਜ਼ਰ ਬ੍ਰੋਂਕੋ ਯਾ। ਓਕੇ, ਹੁਣ ਬੋਲਿਓ ਧਿਆਨ ਨਾ, ਮੈਂ ਗੱਲਾਂ ਬਹੁਤ ਜਰੀਆਂ ਨੇ, ਦਿਉਣ ਸਲਾਹਾਂ ਮੈਥੋਂ ਖੁਦ ਦੀਆਂ ਬੜੀਆਂ ਨੇ। ਆਊਟ ਆਫ ਕੰਟਰੀ ਮੈਂ ਬੈਠਾ ਦਮੇ ਆਪਣੇ ਤੇ ਬੈਠੇ ਆ ਮੋਹਾਲੀ ਦੱਲੇ, ਪੈਸੇ ਖਾਂਦੇ ਬੁੜੀਆਂ ਦੇ। ਓਕੇ ਓਕੇ, ਅਨਐਕਸਪੈਕਟਡ, ਇਹਦਾ ਠੋਕੜਾ ਆਇਆ ਬਾਈ ਦਾ। ਬੈਠੇ ਆ ਦੱਲੇ ਮੋਹਾਲੀ, ਪੈਸੇ ਖਾਂਦੇ ਬੁੜੀਆਂ ਤੇ। ਯਾਰ ਇਹ ਗੱਲ ਬਿਲਕੁਲ ਸੱਚ ਆ, ਅਤੇ ਲਾਈਕ ਸ਼ੂਗਰ ਮੰਮੀ, ਠੀਕ ਹੈ, ਅਮੀਰ ਘਰਾਂ ਦੀਆਂ ਜਿਨ੍ਹਾਂ ਨੂੰ ਪਤਾ ਨਹੀਂ ਘਰਦਿਆਂ ਤੋਂ ਸ਼ਾਇਦ ਪਿਆਰ ਨਹੀਂ ਮਿਲਦਾ ਘਰ ਵਾਲਿਆਂ ਤੋਂ, ਅਤੇ ਉਹ ਹੁੰਦਾ ਨਹੀਂ ਹੈਗਾ ਕਿ ਵਧੀਆ ਸਿੰਗਰ ਕੋਈ ਸੋਹਣਾ ਲੱਗ ਗਿਆ ਅਤੇ ਉਹਦਾ ਖਰਚਾ ਤੇਰਾ ਮੈਂ ਚੱਕ ਲੂੰਗੀ, ਠੀਕ ਹੈ, ਬਸ ਉਹ ਵਾਲਾ ਸਿਸਟਮ। ਬਹੁਤ ਹੈ, ਬਹੁਤ ਹੈ, ਬਹੁਤ ਹੈ। ਧਿਆਨ ਨਾ, ਮੈਂ ਗੱਲਾਂ ਬਹੁਤ ਜਰੀਆਂ ਨੇ, ਦਿਉਣ ਸਲਾਹਾਂ ਮੈਥੋਂ ਖੁਦ ਦੀਆਂ ਬੜੀਆਂ ਨੇ। ਆਊਟ ਆਫ ਕੰਟਰੀ ਮੈਂ ਬੈਠਾ ਦਮੇ ਆਪਣੇ ਤੇ ਬੈਠੇ ਆ ਮੋਹਾਲੀ ਦੱਲੇ, ਪੈਸੇ ਖਾਂਦੇ ਬੁੜੀਆਂ ਦੇ। ਕਰ ਲੋ ਡਿਬੇਟ ਹੁਣ ਟੇਬਲ ਤਾਂ ਵੇਲਾ ਏ, ਪੂਰਾ ਪੂਰਾ ਰੋਲੂ ਵਿੱਚ। ਮੈਂ ਤੁਹਾਨੂੰ ਇੰਨਾ ਵੀ ਦੱਸਦਾ, ਬਹੁਤ ਸਾਰੇ ਰੀਲਾਂ ਵਾਲੇ ਆਪਣੇ ਨੂੰ ਸੋ ਕਾਲਡ ਸਟਾਰ ਕਹਾਉਣ ਵਾਲੇ ਨਾ, ਜਿਹੜੀ ਉਹਨਾਂ ਦੀ ਸਹੇਲੀ ਆ ਨਾ, ਉਹਨਾਂ ਦੇ ਸਿਰ ਤੋਂ ਪੈਸੇ ਖਾਣ ਡੇ ਆ। ਉਹਨਾਂ ਦੇ ਖੁਦ ਨੂੰ ਕੋਈ ਉਹਨਾਂ ਨੂੰ ਪ੍ਰਮੋਸ਼ਨ ਪ੍ਰਮੋਸ਼ਨ ਦਾ ਸੀਨ ਇੰਨਾ ਹੈ ਨਹੀਂ ਜਿੰਨਾ ਕੁੜੀਆਂ ਨੂੰ ਆਉਂਦਾ, ਠੀਕ ਆ। ਪੈਸੇ ਖਾਂਦੇ ਬੁੜੀਆਂ ਦੇ, ਕਰ ਲੋ ਡਿਬੇਟ ਹੁਣ ਟੇਬਲ ਤਾਂ ਵੇਲਾ ਏ, ਪੂਰਾ ਪੂਰਾ ਰੋਲੂ ਵਿੱਚ ਗੁਰੂ ਵਿੱਚ ਚੇਲਾ ਏ। ਪੂਰੀਆਂ ਕਰਾ ਦੂੰਗਾ ਤਸੱਲੀਆਂ, ਫਿਰ ਕੰਜੇ ਫਿਰ ਹੋ ਗਏ ਇਹ ਖੇਲ ਕੈਸਾ ਖੇਲਾ ਏ। ਅੰਨੇ ਵੱਚ ਲਾਇਆ ਜਦੋਂ ਪਿੱਤਲ ਨਹੀਂ ਵੇਖਿਆ, ਘੇਰ ਘੇਰ ਕੁੱਟੇ ਫਿਰ ਛਿੱਤਰ ਨਹੀਂ ਵੇਖਿਆ, ਖੜਨਾ ਹੋਇਆ ਤਾਂ ਅੱਖਾਂ ਬੰਦ ਕਰ ਖੜਾਂਗੇ, ਪੈਂਦਾ ਨਹੀਂ ਫਰਕ ਕਿਹਦੀ ਪਹੁੰਚ ਕਿੱਥੋਂ ਤੱਕਿਆ। ਆਪਣੇ ਮੈਂ ਟੱਬਰ ਚ ਸਭ ਨਾਲੋਂ ਵੱਖਰਾ, ਜੇ ਬਾਪੂ ਮੇਰਾ ਸਾਊ ਪਰ ਮੈਂ ਸੱਚੀ ਹੱਥ ਆਊ, ਚੰਗਾ ਮਾੜਾ ਆਪਣਾ ਵਿਚਾਰ ਕੇ ਹੀ ਆਇਓ, ਐਵੇਂ ਕਿਤੇ ਰਗੜੇ ਨਾ ਜਾਇਓ ਵਿੱਚ ਚੱਕਰਾਂ ਦੇ। ਏਰਾਂ ਤੋਂ ਚੇਤੇ ਆਇਆ ਪੱਕਾ ਕਿਤੇ ਟੱਕਰਾਂਗੇ, ਟੱਕਰਾਂਗੇ ਐਸਾ ਬਸ ਪਾ ਦਿਆਂਗੇ ਲੱਕੜਾਂ ਤੇ। ਓਏ ਹੋਏ ਹੋਏ ਹੋਏ, ਅਭੀ VFX ਸ਼ਾਟਸ ਨੇ ਜਿਹੜੇ ਲੋਕ ਸੀਗੇ ਥੱਲੇ। ਹਾਂ, ਦਾ ਮਰ ਜੇ ਮੈਦਾਨ 'ਚ ਜ਼ਮੀਰ ਤੋਣਾ, ਹਾਰੇ ਲਾਈਨੇ ਅਗਲੀ ਦੇ ਵਿੱਚ ਮੈਂ ਚੜਾਉਣ ਲੱਗਾ ਭਾਰੇ। ਹੁਣ ਤਾਂ ਤੁਹਾਨੂੰ ਵੀ ਸੁਜੈਸਟ ਬਥੇਰੀ ਵਾਰੀ ਹੋਏ, ਪਰ ਯਾਰਾਂ ਦੀਆਂ ਸਹੇਲੀਆਂ ਨੂੰ ਮੈਸੇਜ ਨਹੀਂ ਮਾਰੇ। ਯਾਰ ਬਹੁਤ ਵਧੀਆ ਗੱਲ ਬਾਈ, ਗੁੱਡ ਬਾਈ, ਸੱਚੀ ਪਤਾ ਵੀ ਹੋਵੇ ਨਾ ਕਿ ਹਾਂ, ਲਾਈਕ ਸਮਟਾਈਮਸ ਪਤਾ ਲੱਗ ਜਾਂਦਾ ਕਿ ਸ਼ੀ ਇਜ਼ ਇੰਟਰਸਟਡ। ਸਮਟਾਈਮਸ ਇਹ ਹੁੰਦਾ ਕਿ ਹਾਂ ਚੱਲ ਦੋਸਤੀ ਆ, ਕਿੱਡੀ ਕੀ ਗੱਲ ਆ, ਬਟ ਨਹੀਂ, ਇੱਕ ਨੋਰਮਲ ਹਾਸੇ ਮਜ਼ਾਕ ਵਾਲੀ ਰੀਲ ਵੀ ਨਹੀਂ ਭੇਜ ਹੁੰਦੀ, ਸੱਚੀ ਨਹੀਂ ਭੇਜ ਹੁੰਦੀ ਨਾ। ਇੱਦਾਂ ਹੁੰਦਾ ਕਿ ਨਹੀਂ ਯਾਰ ਬਾਈ, ਠੀਕ ਹੈ, ਕਿਉਂਕਿ ਖੋਤੇ ਲਾ ਕੇ ਦੇਖੋ ਨਾ ਕਦੀ, ਮਤਲਬ ਉਸ ਤਰੀਕੇ ਨਾਲ, ਭਾਵੇਂ ਕੋਈ ਫਰਕ ਨਹੀਂ ਪੈਂਦਾ ਯਾਰ, ਕੋਈ ਫਰਕ ਹੀ ਨਹੀਂ ਪੈਂਦਾ। ਯਾਰ ਦੋਸਤ ਨੂੰ ਵੀ ਪਤਾ ਸਾਡੇ ਸੁਭਾਅ ਦਾ, ਠੀਕ ਹੈ, ਸਾਰਾ ਕੁਝ, ਕੁੜੀਆਂ ਵੀ ਚੰਗੀਆਂ ਸਾਰਾ ਕੁਝ, ਬਟ ਸਟਿਲ ਇੱਕ ਲਿਮਿਟ ਬਹੁਤ ਵਧੀਆ ਹੁੰਦੀ ਆ, ਉਹ ਥੋੜ੍ਹੀ ਮੇਨਟੇਨ ਰੱਖਣੀ ਚਾਹੀਦੀ ਆ। ਉਹ ਕਹਿੰਦੇ ਹੁੰਦੇ ਨਾ, ਭਾਬੀ ਮਾਂ ਸਮਾਨ ਹੁੰਦੀ, ਮਾਲ ਸਮਾਨ ਨਹੀਂ ਹੁੰਦੀ। ਬਸ ਤੂੰ ਆਇਆ ਫਲਾਈਟਾਂ ਤੱਕ ਨਹੀਂ, ਇੰਨੇ ਸੁਪਨੇ ਬ੍ਰਾਈਟ, ਮੋਰੇ ਲਾਈਟਾਂ ਕੱਖ ਨਹੀਂ, ਮੇਰਾ ਲੈਣਾ ਕੀ ਵਿਗਾੜਨੀ, ਮੈਂ ਸੋਚਾਂ ਕਦੇ ਨਾ ਸੋਚ ਮੁੱਕਦੀ, ਜਿੰਨਾ ਦੀ ਬੈਕ ਬਾਈਟਾਂ ਤੱਕ ਨਹੀਂ। ਸਪਲੈਂਡਰਾਂ ਤੋਂ ਆਇਆ ਫਲਾਈਟਾਂ ਤੱਕ ਨਹੀਂ, ਇੰਨੇ ਸੁਪਨੇ ਬ੍ਰਾਈਟ, ਮੋਰੇ ਲਾਈਟਾਂ ਕੱਖ ਨਹੀਂ, ਮੇਰਾ ਲੈਣਾ ਕੀ ਵਿਗਾੜਨੀ, ਮੈਂ ਸੋਚਾਂ ਕਦੇ ਨਾ ਸੋਚ ਮੁੱਕਦੀ, ਜਿੰਨਾ ਦੀ ਬੈਕ ਬਾਈਟਾਂ ਤੱਕ ਨਹੀਂ। ਹੁਣਿਆ ਸਿਰਫ ਸੱਚੇ ਪਾਤਸ਼ਾਹ ਲਈ, ਅਸੀਂ ਲਿੰਕ ਵੇਖ ਸਿਰ ਨਹੀਂ ਚੁਕਾਏ ਕਦੇ ਵੀ, ਤੇਰਾ ਯਾਦੀ ਅੱਧੀ ਅੱਧੀ ਕਿੱਥੇ ਸੌਖਾ ਰੁਲਦਾ, ਅੱਜ ਦੀ ਮਾਂ ਸ਼ਹੀਦਾਂ ਸਾਹਿਬ ਚ ਪੈਰੇ ਕੱਟਦੀ।
ਸੀਧਾ ਸਾਹਿਬ ਚੁਪਹਿਰੇ ਚੱਲਦੇ ਸੀਗੇ, ਸਹੀ ਗੱਲ ਆ। ਉਹ ਬਾਈ ਤੁਸੀਂ ਮੋਹਾਲੀ ਤੋਂ ਯਾਰ, ਇਹਦਾ ਮਤਲਬ ਇੱਧਰਲੇ ਪਾਸੇ ਦੇ? You know, it's RG Cash, yeah. ਬਹੁਤ ਸੋਹਣਾ ਨਾਮ, ਛੋਟਾ ਜਿਹਾ ਟਰੈਕ ਹੈ ਬਟ ਬਾਈ ਬਹੁਤ ਸੁਣਾ ਗਿਆ, ਔਰ ਦਿਲ ਦੇ ਉਹ ਕੱਢ ਗਿਆ ਗਵਾਰ ਜਿਹਾ ਹੁੰਦਾ ਨਾ ਜਿਵੇਂ, ਅਤੇ ਕੁਛ ਗੱਲਾਂ ਯਾਰ ਉਹ ਗੱਲ ਮੈਂ ਬਾਹਲੀ ਕਹਿਣ ਲੱਗੀ ਬੁੜੀਆਂ ਸਿਰ 'ਤੇ ਜਿਹੜੇ ਪੈਸੇ ਖਾਂਦੇ, ਬਹੁਤ ਸਹੀ ਗੱਲ ਆ ਯਾਰ, ਉਹਨਾਂ ਕਿਸ ਲੱਗੀ। ਅਤੇ ਚੁਪਹਿਰੇ ਵਾਲੀ ਗੱਲ ਵੀਰੇ ਬਹੁਤ ਵਧੀਆ ਕੀਤੀ ਸੱਚੀ ਤੁਸੀਂ, ਜ਼ਰੂਰੀ ਆ ਯਾਰ। ਮੈਨੂੰ ਤਾਂ ਇੱਦਾਂ ਲੱਗਦਾ ਕਿ ਖਾਂ ਜੋ ਵੀ ਅਸੀਂ ਖਾ ਰਹੇ ਹਾਂ ਨਾ, ਮਰਦ ਖਾਸ ਕਰਕੇ, ਉਹ ਕਿਤੇ ਨਾ ਕਿਤੇ ਸਾਡੀਆਂ ਮਾਵਾਂ ਦੇ ਸਿਰ 'ਤੇ ਆ, ਠੀਕ ਆ। ਕੁੜੀਆਂ ਜਿਹੜੀਆਂ ਹੁੰਦੀਆਂ ਨੇ ਉਹ ਚੰਗੀਆਂ ਹੁੰਦੀਆਂ ਨੇ, ਮਿਹਨਤ ਕਰਦੀਆਂ, ਆਪਣੀ ਲਾਈਫ 'ਚ ਵਧੀਆ ਗਰੋ ਹੁੰਦੀਆਂ ਨੇ, ਠੀਕ ਆ। ਮੈਨੂੰ ਇੱਦਾਂ ਲੱਗਦਾ ਕਿ ਸ਼ਾਇਦ ਨਾ ਕੁੜੀਆਂ ਜਦੋਂ ਦੁਆ ਮੰਗਦੀਆਂ ਨੇ ਰੱਬ ਤੋਂ, ਅਰਦਾਸ ਕਰਦੀਆਂ ਨੇ, ਤਾਂ ਜ਼ਿਆਦਾ ਚੰਗੇ ਦਿਲੋਂ ਮੰਗ ਸਕਦੀਆਂ ਨੇ। ਭੋਲੀਆਂ ਹੁੰਦੀਆਂ ਨੇ, ਬਹੁਤ ਭੋਲੀਆਂ ਹੁੰਦੀਆਂ, ਇਸੇ ਕਰਕੇ ਤਾਂ ਘਾਟੇ ਖਾ ਜਾਂਦੀਆਂ ਜ਼ਿੰਦਗੀ 'ਚ, ਠੀਕ ਆ। ਪਤਾ ਹੀ ਨਹੀਂ ਹੁੰਦਾ ਕਿਹੜੇ ਮੁੰਡੇ 'ਤੇ ਭਰੋਸਾ ਕਰਨਾ, ਕਿਹੜੇ 'ਤੇ ਨਹੀਂ ਕਰਨਾ, ਹੈ ਨਾ। ਤਾਂ ਬੜਾ ਚੀਜ਼ ਹੁੰਦਾ, ਬੜਾ ਕਈ ਵਾਰ ਤਾਂ ਮੈਨੂੰ ਇੱਦਾਂ ਲੱਗਦਾ ਕਿ ਜਿਹੜੀ ਕੁੜੀ ਆਪਣੇ ਨੂੰ ਬਹੁਤ ਸਮਾਰਟ ਸਮਝ ਰਹੀ ਆ ਨਾ, ਕਿ ਮੈਂ ਇੱਦਾਂ ਇੰਨੇ ਬੋਏਫ੍ਰੈਂਡ ਰੱਖੇ, ਮੈਂ ਇਹਨੂੰ ਚਾਰ ਰਹੀ ਹਾਂ, ਮੈਂ ਉਹਨੂੰ ਚਾਰ ਰਿਹਾ, ਨਹੀਂ ਮੁੰਡੇ ਤੁਹਾਨੂੰ ਚਾਰ ਰਹੇ ਆ, ਠੀਕ ਹੈ। ਤਾਂ ਬੀਬੀ ਥੋੜ੍ਹਾ ਧਿਆਨ ਨਾਲ, ਠੀਕ ਆ। ਤੁਸੀਂ ਬਹੁਤ ਭੋਲੀਆਂ ਹੁੰਦੀਆਂ, ਤੁਹਾਨੂੰ ਪਤਾ ਹੀ ਨਹੀਂ ਹੈਗਾ ਤੁਹਾਡੇ ਨਾਲ ਸੀਨ ਕਿਆ ਜਾ ਰਿਹਾ, ਠੀਕ ਆ। ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਤੂੰ ਸਹੀ ਆ ਜਦੋਂ ਧੋਖੇ ਦੇ ਰਹੀ ਚਾਰ ਮੁੰਡਿਆਂ ਨੂੰ, ਮੈਂ ਬਸ ਇੱਕੇ ਗੱਲ ਕਹਿ ਰਿਹਾ ਕਿ ਤੈਨੂੰ ਪਤਾ ਹੀ ਨਹੀਂ, ਯੂ ਆਰ ਡਿਸਟਰੋਇੰਗ ਯੂਅਰ ਬਾਡੀ, ਯੂ ਆਰ ਡਿਸਟਰੋਇੰਗ ਯੂਅਰ ਟਾਈਮ, ਯੂ ਆਰ ਡਿਸਟਰੋਇੰਗ ਯੂਅਰ ਲਾਈਕ ਕਰੈਕਟਰ, ਸਾਰੀ ਚੀਜ਼ਾਂ ਲਿਟਰਲੀ। ਖੁਦ ਤੋਂ ਖਿਝ ਆਉਂਦੀ ਆ ਬਾਈ, ਇੱਕ ਟਾਈਮ 'ਤੇ ਬਦਬੂ ਆਇਆ ਕਰੂਗੀ ਖੁਦ ਤੋਂ, ਮੈਂ ਕੀ ਕਰਦੀ ਰਹੀ ਹਾਂ। ਸੋ ਮਤਲਬ ਇਹ ਓਵਰਆਲ ਵਧੀਆ ਲੱਗਿਆ ਯਾਰ ਗਾਣਾ, ਨਾਈਸ, ਸੱਚੀਆਂ ਗੱਲਾਂ, ਗੁੱਡ, ਸਤਿ ਸ਼੍ਰੀ ਅਕਾਲ।